ਆਗੂ ਨੋਬਲਜੀਤ ਸਿੰਘ ਜੀ ਹੁਸ਼ਿਆਰਪੁਰ ਤੋਂ ਉਹ ਵੀ ਸਾਡੇ ਕੋਲ ਪਹੁੰਚੇ ਨੇ, ਉਹਨਾਂ ਦੇ ਸਾਥੀ ਵੀ ਪਹੁੰਚੇ ਨੇ ਅਤੇ ਨਾਲ ਦੀ ਨਾਲ ਹੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਭੇਜੇ ਹੋਏ ਕੁਝ ਨੌਜਵਾਨ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਥੇਦਾਰ ਸਾਹਿਬ, ਜਿੱਥੇ ਅੱਜ ਤੁਸੀਂ 1984 ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਅੱਜ ਇੱਥੇ ਸ਼੍ਰੀ ਦਰਬਾਰ ਸਾਹਿਬ ਸ਼ਾਮਲ ਹੋਏ ਹੋ, ਅੱਜ ਦੇ ਦਿਹਾੜੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਾ ਜਿਹੜਾ ਦਿਹਾੜਾ ਬਹੁਤ ਪਵਿੱਤਰ ਦਿਹਾੜਾ ਆ, ਕਿਉਂਕਿ ਸਾਡੇ ਸਿੰਘਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਭਾਈ ਸਵੇਕ ਸਿੰਘ ਜੀ, ਸ਼ਹੀਦ ਭਾਈ ਠਾਰਾ ਸਿੰਘ ਜੀ ਅਤੇ ਹੋਰ ਬੇਅੰਤ ਜਿਹੜੇ ਸਿੰਘ ਸੀਗੇ, ਫਿਰ ਆਈ ਹੋਈ ਜਿਹੜੀ ਇੱਥੇ ਸੰਗਤ ਸੀਗੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਨ ਮਨਾਉਣ ਆਈ ਹੋਈ ਸੀ, ਸਾਰਿਆਂ ਨੇ ਆਪਣੀ ਸ਼ਹੀਦੀ ਦੇ ਕੇ ਭਾਰਤ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਉਹਨੂੰ ਡਿਫਾਈਨ ਕੀਤਾ ਆ। ਅਤੇ ਇਹ ਅੱਜ ਦਾ ਦਿਹਾੜਾ ਬਹੁਤ ਪਵਿੱਤਰ ਆ, ਕਿਉਂਕਿ ਜਿਸ ਦਿਨ ਕਿਸੇ ਸ਼ਹੀਦ ਦਾ ਜਿਹੜਾ ਖੂਨ ਡੁੱਲਦਾ ਉਹਨਾਂ ਕੌਮ ਦੀ ਤਕਦੀਰ ਬਦਲਦੀ ਆ। ਅਤੇ ਜੂਨ 1984, ਅੱਜ ਤੋਂ 38 ਵਰੇ ਪਹਿਲਾਂ ਕੌਮ ਦੀ ਜਿਹੜੀ ਤਕਦੀਰ ਆ ਉਹ ਸੰਤ ਜਰਨੈਲ ਸਿੰਘ ਜੀ ਨੇ ਆਪਣੀ ਸ਼ਹਾਦਤ ਦੇ ਕੇ, ਸਿੰਘਾਂ ਨੇ ਸ਼ਹਾਦਤ ਦੇ ਕੇ ਬਦਲ ਦਿੱਤੀ। ਅਤੇ ਅੱਜ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਨੇ ਉਹ ਸਟੇਟ ਦੇ ਨਾਲ ਮੱਥਾ ਲਾਇਆ, ਭਾਰਤੀ ਸਟੇਟ ਦੇ ਨਾਲ, ਇੱਕ ਪਾਸੇ ਉਹ ਦਿੱਲੀ ਤਖ਼ਤ ਆ, ਇੱਕ ਪਾਸੇ ਅਕਾਲ ਤਖ਼ਤ ਆ, ਅਸੀਂ ਅੱਜ ਉੱਥੇ ਨਤਮਸਤਕ ਹੋਣ ਆਏ ਹਾਂ। ਹਰ ਸਾਲ ਜਦੋਂ ਦੀ ਅਸੀਂ ਹੋਸ਼ ਸੰਭਾਲੀ ਆ ਇਹ ਦਿਨ ਨੂੰ ਅਸੀਂ ਯਾਦ ਕਰਦੇ ਹਾਂ, ਅਤੇ ਦੂਜੇ ਪਾਸੇ ਅਸੀਂ ਇਹ ਭਾਰਤੀ ਸਟੇਟ ਦਾ ਖਾਖਾ ਵੀ ਦੇਖਦੇ ਹਾਂ। ਤੁਸੀਂ ਅੱਜ ਦੇਖਿਆ ਕਿ ਵੀ ਫੋਰਸਿਸ ਜਿਹੜੀਆਂ ਬਹੁਤ ਵੱਡੀ ਗਿਣਤੀ 'ਚ ਲਾਈਆਂ ਗਈਆਂ ਸੀਗੀਆਂ। ਤੁਸੀਂ ਇਹ ਵੀ ਗੱਲ ਨੋਟ ਕੀਤੀ ਆ ਵੀ ਪਿਛਲੇ 20 ਦਿਨ ਪਹਿਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ, ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਮੋਹਰੇ ਲਗਾ ਕੇ ਇੱਕ ਪੂਰਾ ਇਹ ਘਟਨਾਕ੍ਰਮ ਉਹ ਹੈਗਾ ਆ, ਜਿਹਦੇ ਵਿੱਚ ਉਹਨਾਂ ਨੇ ਐਂ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਥ ਹਿਤੈਸ਼ੀ ਹਾਂ, ਅਸੀਂ ਬੰਦੀ ਸਿੰਘਾਂ ਦੇ ਲਈ ਜਿਹੜਾ ਆ ਉਹ ਸੰਘਰਸ਼ ਲੜਾਂਗੇ। ਪਰ ਅੱਜ ਉਹ ਸਾਰੀ ਗੱਲ ਜਿਹੜੀ ਆ ਉਹ ਸਪਸ਼ਟ ਹੋ ਗਈ ਜਦੋਂ ਉਹਨਾਂ ਨੇ ਏਜੰਸੀਆਂ ਦੇ ਨਾਲ ਮਿਲ ਕੇ ਪੰਥ ਨੂੰ, ਕੌਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੋਹਰੇ ਬਹਿਣੋਂ ਰੋਕ ਦਿੱਤਾ, ਉਹਨਾਂ ਦੀਆਂ ਸ਼ਮਸ਼ੀਰਾਂ ਅੰਦਰ ਨਹੀਂ ਜਾਣ ਦਿੱਤੀਆਂ, ਉਹਨਾਂ ਨੂੰ ਜਲੀਲ ਕੀਤਾ। ਤੁਸੀਂ ਦੇਖੋ ਵੀ ਅਕਾਲ ਤਖ਼ਤ ਸਾਹਿਬ ਦਾ ਸਾਰਾ ਹੀ ਜਿਹੜਾ ਇਹ ਸਥਾਨ ਆ, ਉਹਨਾਂ ਨੂੰ ਉੱਥੇ ਟਾਸਕ ਫੋਰਸ ਅਤੇ ਜਿਹੜੇ ਇਹ ਪੁਲਿਸ ਦੇ ਏਜੰਸੀਆਂ ਦੇ ਬੰਦੇ ਪੂਰਾ ਭਰਿਆ ਪਿਆ ਸੀਗਾ, ਸਾਫ਼ ਨਜ਼ਰ ਆਉਂਦਾ ਸੀ, ਨਾਭੀ ਕਾਲੀਆਂ ਪੱਗਾਂ ਦੇ ਨਾਲ ਸਾਰਾ ਹੀ ਭਰਿਆ ਹੋਇਆ ਸੀ। ਅਤੇ ਪੰਥ ਜਿਹੜਾ ਸੀਗਾ ਉਹਨੂੰ ਉੱਥੇ ਅੱਜ ਨਤਮਸਤਕ ਨਹੀਂ ਹੋਣ ਦਿੱਤਾ ਗਿਆ। ਅਸੀਂ ਵੀ ਆਏ ਹਾਂ, ਸਾਨੂੰ ਵੀ ਨਤਮਸਤਕ ਉੱਥੇ ਹੋਣ ਨਹੀਂ ਦਿੱਤਾ ਗਿਆ। ਅਸੀਂ ਇੱਕ ਦਿਲ 'ਚ ਦੁੱਖ ਵੀ ਲੈ ਕੇ ਜਾ ਰਹੇ ਹਾਂ, ਪਰ ਇਹ ਬਾਦਲਾਂ ਨੇ ਜਿੱਥੇ ਪਹਿਲਾਂ ਕੌਮ ਦਾ ਸਰਵਨਾਸ਼ ਕੀਤਾ ਉੱਥੇ ਹੁਣ ਵੀ ਕਰ ਰਹੇ ਆ, ਅਤੇ ਗਾਂ ਵੀ ਕਰਨਗੇ ਇਹ ਸਰਵਨਾਸ਼। ਅਤੇ ਕੌਮ ਨੇ ਇਹਨਾਂ ਨੂੰ ਬਹੁਤ ਪਿੱਛੇ ਧੱਕਿਆ ਆ, ਕੌਮ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨਾਂ ਨੂੰ ਪਿੱਛੇ ਧੱਕ ਦਊਗੀ। ਅੱਜ ਜਿਸ ਤਰ੍ਹਾਂ ਤੁਸੀਂ ਕੌਮ ਦੀ ਗੱਲ ਕੀਤੀ ਆ ਕਿ ਕੌਮ ਨੂੰ ਜਿਹੜਾ ਆ ਉਹਨਾਂ ਨੇ, ਸੰਗਤਾਂ ਨੇ ਕੌਮ ਨੂੰ, ਜਿਹੜੀਆਂ ਇਹ ਬਾਦਲ ਗਰੁੱਪ ਆ ਇਹਨਾਂ ਨੇ ਕੌਮ ਨੂੰ ਬੜੀ ਪਿੱਛੇ ਭੇਜਿਆ ਹੋਇਆ ਆ, ਅਤੇ ਅੱਜ ਬਾਦਲ ਫਿਰ ਅੱਗੇ ਆਏ ਆ। ਜਿਹੜੀ ਅੱਜ ਸੰਗਰੂਰ ਦੇ ਵਿੱਚ ਜਿਮਨੀ ਇਲੈਕਸ਼ਨ ਹੋ ਰਹੀ ਆ, ਉਸ ਇਲੈਕਸ਼ਨ ਦੇ ਵਿੱਚ ਅੱਜ ਉੱਥੇ ਜੇ ਬੰਦੀ ਸਿੰਘਾਂ ਵੱਲੋਂ ਜਿਹੜੀ ਬੀਬੀ ਕਮਲਜੀਤ ਕੌਰ ਜੀ ਨੂੰ ਉਮੀਦਵਾਰ ਐਲਾਨਿਆ ਗਿਆ ਆ, ਅਤੇ ਉਹਦੇ ਉਮੀਦਵਾਰ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨੇ, ਉੱਥੋਂ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਇਸ ਮਾਮਲੇ? ਦੇਖੋ, ਇਹ ਬਹੁਤ ਮਾੜਾ ਹੋਇਆ, ਕਿਉਂਕਿ ਅਸੀਂ ਵੀ ਪਿਛਲੇ 10-12 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਸੰਘਰਸ਼ ਲੜ ਰਹੇ ਹਾਂ, ਪਰ ਕਦੀ ਵੀ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਹੋਣ ਦਿੱਤਾ ਵੀ ਅਸੀਂ ਭਾਈ ਹਵਾਰੇ ਨੂੰ ਜਾਂ ਭਾਈ ਪਿਓਰੇ ਨੂੰ ਜਾਂ ਭਾਈ ਰਾਜੋਆਣਾ ਜੀ ਨੂੰ ਕਿਸੇ ਨੂੰ ਮਤਲਬ ਉਹਨਾਂ ਵਿੱਚ ਪੱਖਪਾਤ ਕੀਤਾ ਹੋਵੇ, ਪਰ ਬਾਦਲਾਂ ਨੇ ਆਪਣੀ ਗੰਦੀ ਸੋਚ ਦਾ ਮੁਜ਼ਾਹਰਾ ਕਰਦੇ ਹੋਏ ਉਹਨਾਂ ਦੇ ਵਿੱਚ ਵੀ ਫੁੱਟ ਪਾਤੀ ਆ। ਉਹਨਾਂ ਦੇ ਵਿੱਚ ਭਾਈ ਰਾਜੋਆਣੇ ਦੀ ਭੈਣ ਜੀ ਨੂੰ ਖੜਾ ਕਰਕੇ ਇਹਨਾਂ ਨੇ ਬਹੁਤ ਗਲਤ ਡਿਸੀਜ਼ਨ ਲਿਆ ਆ, ਉਹਦੇ ਨਾਲ ਬਾਕੀ ਬੰਦੀ ਸਿੰਘਾਂ ਦੀ ਜਿਹੜੀ ਆ ਉਹਨਾਂ ਦੀ ਆਪਸੀ ਜਿਹੜੀ ਏਕਤਾ ਉਹਦੇ ਉਹ ਜਿਹੜਾ ਉਹ ਸੰਘਰਸ਼ ਵੀ ਆ ਉਹਦੇ ਵਿੱਚ ਜਿਹੜਾ ਆ ਉਹ ਫੁੱਟ ਪਈ ਆ, ਅਤੇ ਉਹਨਾਂ ਉਹ ਖਰਾਬ ਹੋਇਆ ਆ। ਅਤੇ ਇਹ ਅਕਾਲੀ ਦਲ ਦਾ ਹੋਰ ਇੱਕ ਜਿਹੜਾ ਕੌਮ ਦੀ ਪਿੱਠ 'ਚ ਇੱਕ ਹੋਰ ਖੰਜਰ ਆ, ਉਹ ਕੌਮ ਨੂੰ ਉਹਨਾਂ ਨੇ ਹੋਰ ਜਿਹੜਾ ਆ ਉਹ ਖੁਆਰ ਕੀਤਾ ਆ। ਬਿਲਕੁਲ ਜੀ, ਜਿੱਥੇ ਕੌਮ ਨੂੰ ਇਹਨਾਂ ਨੇ ਖੁਆਰ ਕੀਤਾ, ਸੋ ਸਾਡੇ ਨਾਲ ਨੌਜਵਾਨ ਆਗੂ ਵੀ ਜਿਹੜੇ ਆ ਉਹ ਵੀ ਨਾਲ ਹਰਜਿੰਦਰ ਸਿੰਘ ਜੀ ਮੌਜੂਦ ਨੇ, ਅਸੀਂ ਹਰਜਿੰਦਰ ਸਿੰਘ ਜੀ ਹੁਣਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਜਿੰਦਰ ਸਿੰਘ ਜੀ, ਇਸ ਮਾਮਲੇ ਦੇ ਉੱਤੇ ਜਿਹੜਾ ਅੱਜ ਸੰਗਰੂਰ ਦੇ ਵਿੱਚ ਵਾਪਰਿਆ ਆ,
इस मामले के उत्ते जिहड़े जथेदार जगतार सिंह जी हवारा ने उन्हां दा की स्टैंड होना चाहिए। देखो जथेदार हवारा साहब का जिहड़ा स्टैंड है वह तो आप पंथ नूं जिहड़ा है संदेश दे जरिए दसणगे, मैं उन्हां दा की स्टैंड होना चाहिए मैनू नहीं दसना चाहिए, मगर जिहड़ा तुसीं पंथक होण दे नाते कुछ इह गल एडवाइस ते कर सकदे अपने वल्लों सलाह ते, क्योंकि उन्हां नूं भी ते सलाह देनी थल्लों कौम ने सलाह देनी है, तुसीं नौजवान आगू जे तुहाडा भी ते इस गल की गल बनदी है कि असीं भी अपने मन दे वलवले रख के उत्थों तक पहुँचाइए। जिहड़ी साडी जथेबंदी है ना उन्हां दा तां बिल्कुल क्लीयर है कि असीं वोट सिस्टम च बिलीव नहीं करदे हां, जिहड़ा वोटिंग सिस्टम है जिस भावें मान साहब बिलीव करते हैं या बंदी सिंघा दे वल्लों उन्होंने राजवाना जी की भैन नूं मौका दिता है, तो वह सारा जिहड़ा तंत्र है ना असीं उस च बिलीव नहीं करते हैं, इस करके साडा ते जथेदार साहब नूं भी यही रिक्वेस्ट है कि वह भी यही मतलब ग्राउंड रियलिटी यही है कि सानू सिखां नूं जिहड़ा जदों 1984 हो गई है उस तो बाद इस देश के किसी सिस्टम दे विच सानू बिलीव नहीं करना चाहिए, तो जिहड़ा संविधान है या जिहड़ा इस देश का वोटिंग सिस्टम है यह बिल्कुल फेक आ खोखला आ, इहदे विच जो भी अज तक मतलब देश नूं प्राप्तियां हुई ना उहदे च सब तो वध नुकसान सिरा घट गिनतियां कौमां दा है, ते पंजाब तुसीं देख ही रहे हैं जो पंजाब दे हालात है, तो जथेदार साहब तो बिल्कुल इस बारे मतलब जानते ही है, चाहे उन्होंने किसी भी सोर्स के जरिए इनफॉर्मेशन मिलती है, बट उन्होंने बिल्कुल एक गल क्लीयर हैगी है कि पंजाब दे विच जिहड़ा है जिन्नियां भी सरकारां जो भी आंदियां ने वो पंजाब आके सिखां दा ही घाण करदी है, तो सानू भावें ये जिदा मर्जी लै लो कि वोटिंग सिस्टम के चाहे राजवाना जी की सिस्टर है चाहे मान साहब ने, ਸਾਡਾ ਤਾਂ ਬਿਲਕੁਲ ਮੈਸੇਜ ਕਲੀਅਰ ਹੈ ਕਿ ਵੋਟਿੰਗ ਸਿਸਟਮ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਸਾਨੂੰ। ਬਿਲਕੁਲ ਜੀ, ਜਿਸ ਤਰ੍ਹਾਂ ਹਰਜਿੰਦਰ ਸਿੰਘ ਜੀ ਹੁਣਾਂ ਨੇ ਇਹ ਗੱਲ ਕੀਤੀ ਆ ਕਿ ਸਾਨੂੰ ਵੋਟ ਸਿਸਟਮ ਜਿਹੜਾ ਸਿੱਖਾਂ ਨੂੰ ਉਹ ਨਹੀਂ ਅਡਾਪਟ ਕਰਨਾ ਚਾਹੀਦਾ ਅਤੇ ਵੱਖਰੇ ਸਿੱਖ ਰਾਜ ਦੀ ਗੱਲ ਜਿਹੜੀ ਆਪਣੇ ਪੱਧਰ ਉੱਤੇ ਕਰਨੀ ਚਾਹੀਦੀ ਹੈ। ਸੋ ਸਾਡੇ ਨਾਲ ਵੀਰ ਜੀ ਹੁਣੀ ਵੀ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨੀ ਆ। ਵੀਰ ਜੀ, ਜਿਹੜੀ ਗੱਲ ਭਾਅ ਜੀ ਹਰਜਿੰਦਰ ਸਿੰਘ ਹੁਣਾਂ ਨੇ ਹੁਣੇ ਕੀਤੀ ਆ ਕਿ ਜਿਹੜਾ ਵੋਟ ਸਿਸਟਮ ਆ ਉਹਨੂੰ ਅਸੀਂ ਜਿਹੜਾ ਆ ਅਡਾਪਟ ਸਾਨੂੰ ਨਹੀਂ ਕਰਨਾ ਚਾਹੀਦਾ, ਕੌਮ ਨੂੰ ਸਿੱਧੇ ਤੌਰ ਦੇ ਉੱਤੇ ਸੰਘਰਸ਼ ਜਿਹੜਾ ਲੜਨਾ ਚਾਹੀਦਾ ਆ, ਇਹ ਨੂੰ ਤੁਸੀਂ ਕਿੱਥੋਂ ਤੱਕ ਜਾਇਜ਼ ਸਮਝਦੇ? ਦੇਖੋ ਜੀ, ਮੈਂ ਤਾਂ ਇਹਨੂੰ 100% ਜਾਇਜ਼ ਸਮਝਦਾ, ਔਰ ਮੈਂ ਤਾਂ ਇਹ ਤੋਂ ਵੀ ਗਾਂਹ ਦੀ ਗੱਲ ਕਹਿਣੀ ਚਾਹੁੰਦਾ, ਮੈਂ ਚਾਹੁੰਦਾ ਹਾਂ ਵੀ ਸਿੱਖਾਂ ਨੂੰ ਇੱਕ ਆਜ਼ਾਦ ਹਸਤੀ ਦੇ ਰੂਪ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਤੁਸੀਂ ਜਦੋਂ ਕਿਸੇ ਦੇ ਖਿਲਾਫ ਲੜਨਾ ਹੁੰਦਾ ਨਾ, ਫਿਰ ਤੁਸੀਂ ਜੋ ਮੈਕਸੀਮਮ ਉਹਦਾ ਰਿਜੈਕਟ ਕਰ ਸਕਦੇ ਉਹਨੂੰ ਕਰਨਾ ਹੁੰਦਾ, ਅਗਰ ਉਹਦੀਆਂ ਦਿੱਤੀਆਂ ਮੈਂ ਸਰਵਿਸਿਜ਼ ਉਹਦੀਆਂ ਦਿੱਤੀਆਂ ਚੀਜ਼ਾਂ ਨੂੰ ਮੈਂ ਯੂਜ਼ ਕਰਦਾ ਪਿਆ, ਤਾਂ ਮੇਰੇ ਕੋਲ ਅਗਰ ਕੋਈ ਅਲਟਰਨੇਟਿਵ ਹੈ ਤਾਂ ਮੈਨੂੰ ਉਹ ਵਰਤਣਾ ਚਾਹੀਦਾ। ਦੂਸਰੀ ਗੱਲ, ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਦੇਖੋ ਵੀ ਜਿਹੜਾ ਸਾਡਾ ਦੁਸ਼ਮਣ ਆ ਉਹ ਇਸ ਕਦਰ ਸਾਡੇ ਜਿਹੜੇ ਇੰਸਟੀਟਿਊਸ਼ਨਸ ਆ ਉਹਨਾਂ ਦੇ ਅੰਦਰ ਘਰ ਕਰ ਚੁੱਕਾ ਆ, ਤੁਸੀਂ ਅੱਜ ਦੀ ਪ੍ਰੈਕਟਿਸ ਦੇ ਵਿੱਚੋਂ ਦੇਖੋ ਵੀ ਜਿਹੜੇ ਇਹਨਾਂ ਨੇ ਪ੍ਰਸ਼ਾਸਨ ਨੇ ਜਿਹੜੇ ਅਧਿਕਾਰੀ ਵੀ ਲਾਏ ਆ ਅੰਦਰ, ਸਿਕਿਉਰਿਟੀਜ਼ ਜਿਹੜੀਆਂ ਦਰਬਾਰ ਸਾਹਿਬ ਦੇ ਅੰਦਰ ਸੈੱਟ ਕੀਤੀਆਂ, ਕੀ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਇਹ ਨਹੀਂ ਜਾਣਦਾ ਕਿ ਸਿੱਖਾਂ ਦਾ ਇਹ ਰੂਹਾਨੀਅਤ ਦਾ ਕੇਂਦਰ ਆ ਔਰ ਇੱਥੇ ਦੀ ਕਿੱਦਾਂ ਦੀ ਮਰਿਆਦਾ ਅਤੇ ਕਿਹੋ ਜਿਹਾ ਕਲਚਰ ਆ ਸਾਡਾ ਜਿਹੜਾ ਇੱਥੇ ਜਿਹੜਾ ਸਿਸਟਮ, ਲੋਕ ਇੱਥੇ ਨਾ ਪਰਮਾਤਮਾ ਅਸੀਂ ਇੱਥੇ ਮੰਨਦੇ, ਸਾਡਾ ਸਭ ਕੁਛ ਇੱਥੇ ਹੀ ਹੈ, ਇਹ ਸਾਡਾ ਰੂਹਾਨੀਅਤ ਦਾ ਸੈਂਟਰ ਹੈ, ਅਤੇ ਇੱਥੇ ਜਿਹੜੀ ਇਹਨਾਂ ਨੇ ਖਾਸ ਕਰਕੇ ਲੇਡੀਜ਼ ਪੁਲਿਸ ਜਿਹੜੀ ਇੱਥੇ ਤਾਇਨਾਤ ਕੀਤੀ ਆ, ਉਹਨਾਂ ਦਾ ਤੁਸੀਂ ਡਰੈਸ ਕੋਡ ਦੇਖੋ ਕਿਹੋ ਜਿਹਾ, ਕਿ ਉਹ ਲੱਗਦਾ ਕਿ ਉਹਨਾਂ ਨੂੰ ਇਸ ਕਦਰ ਵੀ ਉਹਨਾਂ ਦੇ ਕੋਲ ਕੋਈ ਹੋਰ ਇਹ ਤੋਂ ਵਧੀਆ ਕੋਈ ਪਹਿਰਾਵਾ ਨਹੀਂ ਦੇ ਸਕਦੇ ਜੀ, ਉਹਨਾਂ ਨੂੰ ਵਾਈਟ ਸ਼ਰਟਾਂ ਬਲੈਕ ਕਲਰ ਦੀਆਂ ਪੈਂਟਾਂ ਪਵਾ ਕੇ ਅਤੇ ਪੌੜੀਆਂ ਦੇ ਵਿੱਚ ਉਹ ਕੁੜੀਆਂ ਬੈਠੀਆਂ ਹੋਈਆਂ, ਜਦਕਿ ਸਟੇਟ ਚਾਹੁੰਦੀ ਤਾਂ ਉਹਨਾਂ ਨੂੰ ਇੱਥੇ ਡਰੈਸ ਕੋਡ ਸੂਟ ਵੀ ਦਿੱਤਾ ਜਾ ਸਕਦਾ, ਚੁੰਨੀਆਂ ਵੀ ਦਿੱਤੀਆਂ ਜਾ ਸਕਦੀਆਂ ਸੀ, ਇੱਕ ਵਧੀਆ ਜਿਹੜਾ ਹੈਗਾ ਆ ਉਹ ਜਿਹੋ ਜਿਹੇ ਜਗ੍ਹਾ 'ਤੇ ਤੁਸੀਂ ਤਾਇਨਾਤ ਕਰ ਰਹੇ ਹੋ ਅਤੇ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਰਿਆਦਾ ਦੇ ਅਕੋਰਡਿੰਗ ਸੈੱਟ ਕੀਤਾ ਜਾ ਸਕਦਾ। ਪਰ ਅਸਲ 'ਚ ਕੀ ਚੱਕਰ ਹੈਗਾ, ਪਹਿਲੀ ਤਾਂ ਗੱਲ ਹੈ ਇਹ ਫੋਰਸਾਂ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਨਹੀਂ ਚਾਹੀਦੀਆਂ, ਇਹ ਪ੍ਰਬੰਧ ਹੈ ਖਾਲਸਾ ਪੰਥ ਦਾ ਆਪਣਾ, ਇਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਟੈਂਡ ਲੈਣਾ ਚਾਹੀਦਾ ਸੀਗਾ ਕਿ ਫੋਰਸਾਂ ਗੇਟ ਤੋਂ ਬਾਹਰ ਬਾਹਰ ਜਿੱਥੇ ਤੱਕ ਮਰਜ਼ੀ, ਗੇਟ ਦੇ ਅੰਦਰ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਸੀ। ਦੂਸਰੀ ਗੱਲ, ਜਿਸ ਤਰ੍ਹਾਂ ਕਦਰ ਪਹਿਲਾਂ ਟਾਸਕ ਫੋਰਸ ਜਿਹੜੀ ਆ ਉਹਨਾਂ ਨੇ ਬਿਠਾ ਕੇ ਰੱਖੀ, ਹੁਣ ਟਾਸਕ ਫੋਰਸ ਅਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਇਹਨਾਂ ਨੇ ਕੋਈ ਫਰਕ ਨਹੀਂ ਰਹਿਣ ਦਿੱਤਾ, ਸੇਮ ਡਰੈਸ ਕੋਡ ਟਾਸਕ ਫੋਰਸ ਵਾਲਿਆਂ ਨੂੰ ਦਿੱਤਾ, ਸੇਮ ਡਰੈਸ ਕੋਡ ਜਿਹੜਾ ਸੀਗਾ ਉਹ ਪੁਲਿਸ ਪ੍ਰਸ਼ਾਸਨ ਦੇ ਬੰਦਿਆਂ ਦਾ ਸੀਗਾ, ਔਰ ਉਹ ਸਾਰੇ ਦੀ ਸਾਰੀ ਜਿਹੜੀ ਫੋਰਸ ਆ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਜਿਹੜੀ ਜਗ੍ਹਾ ਆ ਜਿੱਥੇ ਕਦੇ ਸੰਗਤ ਬਹਿੰਦੀ ਆ ਕੇ ਉਸ ਜਗ੍ਹਾ 'ਤੇ ਜਿੱਥੇ ਮਹਿਸੂਸ ਕਰਦੇ ਕਿ ਇੱਥੇ ਸਾਡੇ ਸਿੰਘਾਂ ਦਾ ਸ਼ਹੀਦਾਂ ਦਾ ਖੂਨ ਡੁੱਲਿਆ, ਉਹ ਫਰਸ਼ 'ਤੇ ਬਹਿ ਕੇ ਮਹਿਸੂਸ ਕਰਦੇ ਵੀ ਇੱਥੇ ਸਾਡੇ ਸ਼ਹੀਦਾਂ ਦੇ ਨਾਲ ਬੈਠੇ ਆ, ਅਤੇ ਉੱਥੇ ਫੋਰਸਾਂ ਬਿਠਾਈਆਂ ਉੱਥੇ ਸਿੰਘਾਂ ਨੂੰ ਮੱਥੇ ਤੱਕ ਨਹੀਂ ਟੇਕਣ ਦਿੱਤੇ। ਇਸ ਦੇ ਵਿੱਚ ਕੋਈ ਆਪਾਂ ਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਇਹ ਸਾਰਾ ਕੁਝ ਹੋਇਆ ਜੋ ਪ੍ਰਬੰਧ ਹੋਇਆ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਗੀ ਹੋਵੇ? ਨਹੀਂ, ਉਹਦੀ ਮੌਜੂਦਗੀ ਨਾਲ ਹੀ ਤਾਂ ਹੋਇਆ, ਮੌਜੂਦਗੀ ਦੇ ਨਾਲ ਹੀ, ਮੌਜੂਦਗੀ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਤੋਂ ਬਗੈਰ ਕਿੱਦਾਂ ਪੁਲਿਸ ਅੰਦਰ ਵੜ ਸਕਦੀ? ਮੇਰਾ ਜਿਹੜਾ ਜਸਦਰ ਸਾਹਿਬ ਸਵਾਲ ਸੀਗਾ ਉਹ ਸਵਾਲ ਇਹ ਸੀਗਾ ਕਿ ਭਾਈ ਸਿੱਖਾਂ ਨੂੰ ਭਾਰਤ ਦੇ ਅੰਦਰ ਰਹਿੰਦਿਆਂ ਹੋਇਆਂ ਵੋਟ ਸਿਸਟਮ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ?
ਅਸੀਂ ਤਾਂ ਨਹੀਂ ਮੰਨਦੇ ਜੀ ਬਿਲਕੁਲ। ਜਿਸ ਤਰ੍ਹਾਂ ਹੁਣ ਦੂਸਰੇ ਪਾਸੇ ਰਾਜੋਆਣਾ ਸਾਹਿਬ ਜਿਹੜੇ ਆ ਉਹ ਉਹਨਾਂ ਨੇ ਆਪਣੀ ਭੈਣ ਨੂੰ ਜਿਹੜਾ ਆ ਉਮੀਦਵਾਰ ਇੱਥੋਂ ਖਿਲਾ ਰਿਹਾ, ਤੇ ਤੁਸੀਂ ਤੁਹਾਡਾ ਸਿੱਖਾਂ ਨੂੰ ਕੀ ਸੰਦੇਸ਼ ਹੋਊਗਾ ਇਸ ਗੱਲ ਦੇ ਉੱਤੇ, ਨੌਜਵਾਨਾਂ ਨੂੰ ਵਿਸ਼ੇਸ਼? ਦੇਖੋ ਸਾਡੇ ਵੱਲੋਂ ਸੰਦੇਸ਼ ਇਹੀ ਆ ਕਿ ਤੁਸੀਂ ਜਿਹੜੇ ਜੂੜੇ ਥੱਲੇ ਰਹਿ ਰਹੇ ਹੋ ਨਾ, ਤੁਸੀਂ ਉਹਦੀ ਵੋਟ ਪੋਲੀਟਿਕਸ ਦੇ ਵਿੱਚੋਂ ਕੁਛ ਨਹੀਂ ਕੱਢ ਸਕਦੇ। ਜੇ ਤੁਸੀਂ ਉਹਦੀ ਕੋਈ ਪ੍ਰੈਕਟਿਸ ਕਰਨੀ ਤਾਂ ਪਿਛਲੇ ਸਮੇਂ 'ਚ ਦੇਖ ਲਓ, ਸਭ ਕੁਛ ਕਰ ਦੇਖ ਲਿਆ। ਅਸੀਂ ਕਹਿੰਦੇ 13 ਦੀਆਂ 13 ਸੀਟਾਂ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤ ਗਿਆ ਬੰਦਾ, ਕੋਈ ਸਾਰੀਆਂ ਸੀਟਾਂ ਲੈ ਲਿਆ, ਕੀ ਕਰ ਲੂਗਾ ਫਿਰ? ਕਿ ਪੰਜਾਬ ਦੀ ਸੱਤਾ ਹਾਸਲ ਕਰਕੇ ਕੀ ਕਰ ਲਓਗੇ? ਤੁਸੀਂ ਸੰਵਿਧਾਨ ਚੇਂਜ ਕਰ ਲਓਗੇ ਇੱਥੇ ਦਾ? ਇੱਥੇ ਦੇ ਸੰਵਿਧਾਨ ਦੇ ਵਿੱਚ ਹੀ ਤੁਹਾਡੀ ਨਸਲਕੁਸ਼ੀ ਪਈ ਹੋਈ ਆ। ਇੱਥੇ ਦੇ ਸੰਵਿਧਾਨ ਨਹੀਂ ਇਹਨਾਂ ਨੂੰ ਰਾਈਟ ਦਿੱਤੇ ਆ ਕਿ ਤੁਸੀਂ ਇਹਨਾਂ 'ਤੇ ਤੁਸੀਂ UAPA ਲਾ ਦਿਓ, ਤੁਸੀਂ ਜਿਹੜਾ ਮਰਜ਼ੀ ਐਕਟ ਲਾ ਦਿਓ ਅਤੇ ਚੱਕ ਕੇ ਇੱਕ ਕਿਤਾਬਾਂ ਪੜ੍ਹਨ ਵਾਲੇ ਬੰਦੇ ਨੂੰ ਵੀ ਉਮਰ ਕੈਦਾਂ ਕਰਤੀਆਂ। ਦੁਨੀਆਂ ਦੇ ਕਿਸੇ ਇਤਿਹਾਸ ਦੇ ਵਿੱਚ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਉਮਰ ਕੈਦਾਂ ਹੋਈਆਂ ਤਾਂ ਦੱਸੋ? ਇੱਥੇ ਦੇ ਰੂਲ ਐਂਡ ਰੈਗੂਲੇਸ਼ਨ ਦੀ ਤੁਹਾਨੂੰ ਫਾਇਲ ਉਹਨੂੰ ਬਣੇ ਹੋਏ ਆ, ਅਤੇ ਤੁਸੀਂ ਇੱਥੇ ਕੀ ਕਰ ਲਓਗੇ ਜਾਂ ਕੀ ਵਿਗਾੜ ਲਓਗੇ? ਮਾਣ ਕਿੰਨੇ ਪਿੱਟਦਾ ਹੁੰਦਾ ਸੀਗਾ ਵੀ ਮੈਂ ਤਾਂ ਚੱਕ ਨੂੰ ਫੱਟੇ ਭਗਵੰਤ ਮਾਨ ਜਿਹੜਾ ਕੀ ਖਾੜ ਲਿਆ ਇਹਨੇ ਆ ਕੇ। ਬਿਲਕੁਲ ਜੀ, ਅੱਜ ਵੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਜਿੰਨੇ ਵਾਰੀ ਵੀ ਇੱਥੇ ਸ਼ਹੀਦੀ ਸਮਾਗਮ ਮਨਾਏ ਜਾਂਦੇ ਰਹੇ ਆ, ਉੱਥੇ ਵੱਖਰੇ ਸਿੱਖ ਰਾਜ ਦੀ ਗੱਲ ਹੁੰਦੀ ਰਹੀ ਆ, ਖਾਲਿਸਤਾਨ ਦੀ ਗੱਲ ਹੁੰਦੀ ਰਹੀ ਆ, ਪਰ ਅੱਜ ਬੜਾ ਮਾਹੌਲ ਜਿਹੜਾ ਆ ਉਹ ਸ਼ਾਂਤ ਰਿਹਾ ਆ। ਬਹੁਤ ਲੀਡਰਾਂ ਨੇ ਇਹਦੇ ਉੱਤੇ ਖਾਲਿਸਤਾਨ ਦੀ ਗੱਲ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ, ਇਹਦਾ ਕੀ ਕਾਰਨ ਆ? ਨਹੀਂ, ਬਹੁਤ ਗੱਲਬਾਤ ਇਹ ਆ ਵੀ ਜਿੱਦਾਂ ਪਹਿਲਾਂ ਲੰਮੀ ਚੌੜੀ ਹੁੰਦੀ ਸੀ ਉਹ ਇੱਕ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਅੰਡਰ ਪ੍ਰੋਸੈਸ ਚੱਲਦਾ ਪਿਆ ਨਾ ਸਰ, ਉਹ ਕਿਹਨੂੰ ਕਿੰਨੀ ਸਪੇਸ ਦਿੰਦੇ ਕਿੰਨੀ ਨਹੀਂ, ਪਰ ਨੌਜਵਾਨਾਂ ਨੇ ਕੋਈ ਘਾਟ ਨਹੀਂ ਛੱਡੀ। ਤੁਸੀਂ ਦੇਖੋ ਵੀ ਪੌੜੀਆਂ ਦੇ ਉੱਪਰ ਉੱਪਰਲੀ ਸਾਈਡ ਤੋਂ ਖਾਲਿਸਤਾਨ ਦੇ ਨਾਅਰੇ ਵੀ ਲੱਗੇ ਆ, ਨੌਜਵਾਨਾਂ ਨੇ ਆਪਦੇ ਜਿਹੜੀਆਂ ਵਾਈਟ ਦਿੱਤੀਆਂ ਹੈਗੀਆਂ ਆ, ਜਥੇਬੰਦੀਆਂ ਦੇ ਨੌਜਵਾਨਾਂ ਨੇ ਉਹਨਾਂ ਨੇ ਵੀ ਆਪਣੇ ਵੱਖਰੇ ਰਾਜ ਦੀ ਗੱਲਬਾਤ ਕੀਤੀ ਹੈਗੀ ਆ, ਔਰ ਅਸੀਂ ਖੁਦ ਤੁਹਾਡੇ ਨਾਲ ਗੱਲ ਕਰਦੇ ਪਏ ਹਾਂ, ਰਾਜ ਦੀ ਗੱਲ ਹੀ ਤਾਂ ਕਰਦੇ ਪਏ ਹਾਂ, ਠੀਕ ਹੈ। ਬਾਕੀ ਇਹਨਾਂ ਨੂੰ ਸਭ ਤੋਂ ਵੱਧ ਦੁੱਖ ਇਸ ਚੀਜ਼ ਦਾ ਆ ਵੀ ਆਹ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਜਿਸ ਤਰੀਕੇ ਨਾਲ ਪ੍ਰਸ਼ਾਸਨ ਵਾੜਿਆ, ਤੇ ਇਹ ਤੇ ਮੁਗਲਾਂ ਨੇ ਨਹੀਂ ਕੀਤਾ, ਇਹ ਕੰਮ ਤੇ ਗੋਰਿਆਂ ਨੇ ਨਹੀਂ ਕੀਤਾ। ਜਦੋਂ ਇੱਥੇ ਆਪਣੇ ਬ੍ਰਿਟਿਸ਼ ਰਾਜ ਸੀਗਾ ਨਾ, ਤੇ ਜਿਹੜਾ ਕੋਈ ਗਵਰਨਰ ਲੱਗਦਾ ਸੀ ਉਹਨੂੰ ਸਖਤ ਹਦਾਇਤਾਂ ਹੁੰਦੀਆਂ ਸੀ ਕਿ ਤੂੰ ਪੂਰੇ ਇੰਡੀਆ ਦੇ ਵਿੱਚ ਭਾਵੇਂ ਤੂੰ ਆਪਦਾ ਡਾਂਕਾ ਵਜਾ, ਕੋਈ ਚੱਕਰ ਨਹੀਂ, ਕਿਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਜਾ ਕੇ ਰੋਡ ਝਾੜਨ ਦੀ ਕੋਸ਼ਿਸ਼ ਨਾ ਕਰ ਲਈ। ਬਿਲਕੁਲ ਜੀ, ਇਹ ਸਾਂਝੀ ਸਾਡੇ ਨਾਲ ਨੌਜਵਾਨ ਆਗੂ ਜਿਨ੍ਹਾਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬੜੇ ਵੱਡੇ ਪੱਧਰ ਦੇ ਉੱਤੇ ਸਵਾਲ ਉਠਾਏ ਨੇ ਕਿ ਜਿਹੜੀ ਫੋਰਸ ਆ ਇਹਨਾਂ ਨੂੰ ਅੰਦਰ ਜਿਹੜਾ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ ਸੀ। ਸੋ ਮੈਂ ਸੁਰਿੰਦਰਪਾਲ ਸਿੰਘ ਤਾਲਪੁਰਾ, ਮੇਰੇ ਨਾਲ ਬਲਬੀਰ ਸਿੰਘ ਜੀ ਕਠਿਆਲੀ, ਅਕਾਲ ਖਾਲਸਾ ਨਿਊਜ਼ ਤੋਂ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।